ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਫਗਵਾੜਾ ਤੇ ਅਰਬਨ ਸਟੇਟ ਵਿੱਚ ਪਿਛਲੇ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਚਲਦੀ ਆ ਰਹੀ ਸਮੱਸਿਆ ਨੂੰ ਹੱਲ ਕਰਦਿਆਂ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਟਿਊਬਵੈਲ ਦਾ ਕਨੈਕਸ਼ਨ ਚਾਲੂ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਇਲਾਕੇ ਨੂੰ ਪੀਣ ਵਾਲੇ ਪਾਣੀ ਦੀ ਪਰੇਸ਼ਾਨੀ ਦਾ ਅੱਜ ਹੱਲ ਹੋ ਗਿਆ ਹੈ ਅਤੇ ਜਲਦ ਹੀ ਲੋਕਾਂ ਦੇ ਘਰਾਂ ਵਿੱਚ ਸਾਫ਼ ਪੀਣ ਵਾਲਾ ਪਾਣੀ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਤੇ ਹੋਰ ਇਲਾਕਿਆਂ 'ਚ ਜੋ ਪਾਣੀ ਦੀ ਸਮੱਸਿਆ ਹੈ ਉਸ ਨੂੰ ਵੀ ਜਲਦ ਹੱਲ ਕਰ ਦਿੱਤਾ ਜਾਵੇਗਾ। ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅਰਬਨ ਸਟੇਟ ਵਿੱਚ ਜਿਹੜੀ ਹੈਗੀ ਆ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਕਈ ਸਾਲਾਂ ਤੋਂ ਚੱਲਦੀ ਰਹੀ ਹੈ ਔਰ ਪਿਛਲੇ ਸਾਲ ਤੋਂ ਲਗਾਤਾਰ 4-5 ਮਹੀਨੇ ਜਿਹੜੇ ਹੈਗੇ ਆ ਉਹਦੇ ਬਾਅਦ ਐਫਰਟਸ ਕੀਤੇ ਗਏ। ਪਹਿਲਾਂ ਜਿਹੜੇ ਐਸਟੀਮੇਟ ਲਾ ਕੇ ਪਾਸ ਕਰਵਾਏ ਗਏ, ਫਿਰ ਟੈਂਡਰਸ ਵਗੈਰਾ ਲਗਵਾਏ। ਉਹ ਪਿਛਲਾ ਕੰਮ ਸਟਾਰਟ ਹੋ ਗਿਆ ਸੀ ਪਰ ਥੋੜ੍ਹਾ ਕਰੋਨਾ ਕਰਕੇ ਜਿਹੜਾ ਹੈਗਾ ਕੰਮ ਰੁਕ ਗਿਆ ਸੀਗਾ। ਹੁਣ ਲਗਭਗ ਜਿਸ ਤਰ੍ਹਾਂ ਕਿ 2 ਮਹੀਨੇ ਲਗਾਤਾਰ ਕੰਮ ਬੰਦ ਰਹੇ ਨੇ, ਇਸ ਲਈ ਅਸੀਂ 10-15 ਦਿਨ ਤੋਂ ਇਹਦੇ ਵਿੱਚ ਟਰਾਈ ਸੀਗੇ ਵੀ ਜਿਹੜੀ ਮਸ਼ੀਨ ਇੱਥੇ ਆ ਜਾਵੇ ਅਤੇ ਨਾਲ ਹੀ ਜਿਹੜਾ ਹੈਗਾ ਇਹ ਬੋਰਿੰਗ ਦਾ ਕੰਮ ਸਟਾਰਟ ਹੋ ਜਾਵੇ। ਹੁਣ ਜਿਸ ਤਰ੍ਹਾਂ ਕਿ ਬੋਰਿੰਗ ਦਾ ਕੰਮ ਸਟਾਰਟ ਹੋ ਗਿਆ ਹੈਗਾ ਔਰ ਉਮੀਦ ਹੈਗਾ ਕਿ ਜੂਨ ਮਹੀਨੇ ਦੇ ਅੰਤ ਤੱਕ ਜਿਹੜਾ ਹੈਗਾ ਪੀਣ ਵਾਲਾ ਜਿਹੜਾ ਪਾਣੀ ਹੈਗਾ ਸਾਰੇ ਲੋਕਾਂ ਨੂੰ ਮੁਹੱਈਆ ਹੋ ਜਾਏਗਾ ਔਰ ਇਹਦੇ ਵਿੱਚ ਜਿਹੜੇ ਪੀਣ ਵਾਲੇ ਜਿਹੜੇ ਪਾਣੀ ਦੀ ਪ੍ਰੋਬਲਮ ਸੀ ਉਹ ਹੱਲ ਹੋ ਜਾਏਗੀ। ਇਸ ਤੋਂ ਬਿਨਾਂ ਹੋਰ ਵੀ ਇੱਕ ਜਿਹੜਾ ਹੈਗਾ ਓਕਾਰ ਨਗਰ ਹੈਗਾ ਉਹਦੇ ਵਿੱਚ ਵੀ ਇੱਕ ਟਿਊਬਵੈਲ ਦੀ ਪ੍ਰੋਵੀਜ਼ਨ ਹੈਗੀ, ਉਹ ਵੀ ਬਣਾ ਦੇਣਗੇ। ਮੇਨ ਪਰਪਸ ਇਹੀ ਹੈਗਾ ਕਿ ਜਿੱਥੇ ਟਿਊਬਵੈਲ ਨਵੇਂ ਲਗਾਏ ਜਾ ਰਹੇ ਉੱਥੇ ਜਿਹੜਾ ਹੈਗਾ ਉਹਨਾਂ ਨੂੰ ਇੱਕ ਦੂਜੇ ਨਾਲ ਲਿੰਕ ਵੀ ਕੀਤਾ ਜਾ ਰਿਹਾ ਹੈਗਾ ਤਾਂ ਜੋ ਕਿਸੇ ਵੀ ਏਰੀਏ 'ਚ ਪੀਣ ਵਾਲੇ ਪਾਣੀ ਦੀ ਜਿਹੜੀ ਪ੍ਰੋਬਲਮ ਹੈ। ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਜੇਕਰ ਕੋਈ ਕਿਸੇ ਪ੍ਰਕਾਰ ਦੀ ਕੁਐਸਚਨ ਨਾ ਆਵੇ ਤਾਂ ਜੂਨ ਐਂਡਿੰਗ ਤੱਕ ਜਿਹੜਾ ਹੈਗਾ ਇਹ ਪੀਣ ਵਾਲਾ ਜਿਹੜਾ ਪਾਣੀ ਹੈਗਾ ਇਹ ਅਰਬਨ ਸਟੇਟ ਨੂੰ ਆਸਰਾ ਮਿਲ ਜਾਏਗਾ। ਧੰਨਵਾਦ। ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਸਥਾਨਕ ਲੋਕ ਹਾਜ਼ਰ ਸਨ। ਬਿਊਰੋ ਰਿਪੋਰਟ ਸਾਂਝ ਟੀਵੀ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।